ਤਰਨ ਤਾਰਨ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ, ਜਿਹਦੇ ਵਿੱਚ ਇੱਕ ਬਿਕਰਜੀਤ ਸਿੰਘ ਦਾ ਬਲਾਈਂਡ ਮਰਡਰ ਜਿਹੜਾ ਸਾਡੇ ਵੱਲੋਂ ਟਰੇਸ ਜਿਹੜਾ ਕੀਤਾ ਗਿਆ ਹੈਗਾ। 19/9/2024 ਦੀ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਕੁਝ ਅਣਪਛਾਤੇ ਲੋਕਾਂ ਨੇ ਮੋਟਰਸਾਈਕਲ ਤੇ ਜਿਹੜੇ ਆਏ ਸੀਗੇ ਉਹਨਾਂ ਨੇ ਗੋਲੀਆਂ ਮਾਰ ਕੇ ਬਚਿੱਤਰਜੀਤ ਸਿੰਘ ਜੀ ਦੀ ਹੱਤਿਆ ਕਰਤੀ ਸੀਗੀ। ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚੀ ਹੈਗੀ ਹੈ, ਇਮੀਡੀਏਟਲੀ ਵੀਡੀਓਗ੍ਰਾਫੀ ਕੀਤੀ ਗਈ ਹੈ ਤੇ ਵੱਖ ਵੱਖ ਥਾਂ ਤੋਂ ਜਿਹੜੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਸੀ ਅਤੇ ਜਿਹੜਾ ਪਰਚਾ ਦਰਜ ਕਰਕੇ ਜਿਹੜੀ ਤਫਤੀਸ਼ ਮੁੱਢਲੀ ਤਫਤੀਸ਼ ਸ਼ੁਰੂ ਕੀਤੀ ਗਈ ਸੀ। ਕਿਉਂਕਿ ਬਿਲਕੁਲ ਹੀ ਬਲਾਈਂਡ ਮਰਡਰ ਸੀਗਾ, ਇਹਦੇ ਵਿੱਚ ਬਹੁਤ ਹੀ ਡੂੰਘਾਈ ਨਾਲ ਜਿਹੜੀ ਤਫਤੀਸ਼ ਕੀਤੀ ਗਈ ਹੈ, ਸੀਸੀਟੀਵੀ ਕੈਮਰੇ ਜਿਹੜੇ ਖੰਗਾਲੇ ਗਏ ਨੇ, ਟੈਕਨੀਕਲ ਸ਼ਹਾਦਤ ਵੀ ਜਿਹੜੀ ਡਿਟੇਲ 'ਚ ਜਿਹੜੀ ਸਟੱਡੀ ਕੀਤੀ ਗਈ ਹੈ, ਇਹ ਸਾਰਾ ਕਰਨ ਉਪਰੰਤ ਸਾਡੇ ਵੱਲੋਂ 4 ਜਿਹੜੇ ਦੋਸ਼ੀਆਂ ਦੀ ਅਰੈਸਟ ਕੀਤੀ ਗਈ ਹੈ। ਇਹਦੇ ਵਿੱਚ ਪ੍ਰਭਜੀਤ ਸਿੰਘ ਉਰਫ ਸੈਫੀ ਪੁੱਤਰ ਮੇਜਰ ਸਿੰਘ, ਬਾਬਾ ਮੰਗਾ ਸ਼ਾਹ ਨਸ਼ਹਿਰਾ ਪੰਨੂਆ ਦਾ ਇਹ ਅਰੈਸਟ ਕੀਤਾ ਗਿਆ ਹੈ। ਇਹਨੇ ਜਿਹੜਾ ਬਿੱਕਰ ਸਿੰਘ ਦੀ ਜਿਹੜੀ ਰੈਕੀ ਕਰਾਈ ਸੀਗੀ, ਇਹਦੇ ਨਾਲ ਹੀ ਇੱਕ ਜੁਵੇਨਾਈਲ ਮੁੰਡਾ ਵੀ ਅਸੀਂ ਅਰੈਸਟ ਕੀਤਾ ਹੈ ਜਿਹਨੇ ਰੈਕੀ ਕਰਾਈ ਸੀ ਬਿੱਕਰ ਸਿੰਘ ਦੀ। ਤੀਜਾ ਇੱਕ ਰਣਦੀਪ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਝੁੱਗੀਆਂ ਕਾਲੂ ਥਾਣਾ ਸਦਰ ਪੱਟੀ, ਇਹਦੀ ਵੀ ਅਰੈਸਟ ਕੀਤੀ ਗਈ ਹੈ। ਜਿਹੜੇ ਸ਼ੂਟਰ ਸੀਗੇ ਵਾਰਦਾਤ ਤੋਂ ਬਾਅਦ ਇਹ ਸ਼ੂਟਰ ਇਹਦੇ ਰਣਦੀਪ ਸਿੰਘ ਦੇ ਘਰ ਜਾ ਕੇ ਇਹਨਾਂ ਨੇ ਪਨਾਹ ਲਈ ਸੀ। ਤੇ ਚੌਥਾ ਡੂੰਘਾਈ ਨਾਲ ਪੁੱਛਗਿੱਛ ਕਰਨ ਉਪਰੰਤ ਅਸੀਂ ਜਿਹੜੇ ਸ਼ੂਟਿੰਗ ਕਰਨ ਆਏ ਸੀ ਇੱਕ ਮੋਟਰਸਾਈਕਲ ਦੋ ਬੰਦੇ, ਉਹਦੇ ਵਿੱਚ ਜਿਹੜਾ ਮੋਟਰਸਾਈਕਲ ਜਿਹੜਾ ਚਲਾਉਣ ਵਾਲਾ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਲਖਬੀਰ ਸਿੰਘ ਵਾਸੀਆਂ ਝੁੱਗੀਆਂ ਕਲਾਂ ਥਾਣਾ ਸਦਰ ਪੱਟੀ, ਇਹਨੂੰ ਅਰੈਸਟ ਕੀਤਾ ਗਿਆ ਹੈ। ਗੁਰਪ੍ਰੀਤ ਗੋਰੇ ਦੀ ਡੂੰਘਾਈ ਨਾਲ ਜਿਹੜੀ ਜਦੋਂ ਪੁੱਛਗਿੱਛ ਕੀਤੀ ਗਈ, ਇਹਨੇ ਸਾਰੀ ਵਾਰਦਾਤ ਜਿਹੜੀ ਇਹਨੇ ਕਬੂਲ ਕੀਤੀ ਹੈ। ਇਹਨੇ ਇਹ ਵੀ ਦੱਸਿਆ ਹੈਗਾ ਕਿ ਇਹ ਵਾਰਦਾਤ ਕਰਨ ਲਈ ਇਸ ਤੋਂ ਪਹਿਲਾਂ 9 ਤਰੀਕ ਨੂੰ ਵੀ ਨਸ਼ਹਿਰਾ ਪੰਨੂਆ ਜਿਹੜਾ ਆਏ ਸੀਗੇ, ਉਸ ਦਿਨ ਕਿਉਂਕਿ ਇਹ ਵਾਰਦਾਤ ਨਹੀਂ ਕਰ ਸਕੇ ਤੇ ਇਹ ਵਾਪਸ ਚਲੇ ਗਏ ਤੇ 12 ਤਰੀਕ ਨੂੰ ਆ ਕੇ ਫਿਰ ਇਹਨਾਂ ਨੇ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹਦੀ ਡੂੰਘਾਈ ਨਾਲ ਜਿਹੜੀ ਪੁੱਛਗਿੱਛ ਤੋਂ ਜਿਹੜੇ ਇਹਦਾ ਜਿਹੜਾ ਨਾਲ ਮੇਨ ਸ਼ੂਟਰ ਹੈਗਾ ਹੈ ਉਹਦੀ ਵੀ ਸ਼ਨਾਖਤ ਹੋ ਗਈ ਹੈ ਤੇ ਇਹਨਾਂ ਨੂੰ ਜਿਹੜਾ ਫੈਸਿਲਿਟੇਟ ਕਰਨ ਵਾਲੇ ਦੋ ਲੋਕ ਹੈ ਉਹਨਾਂ ਦੀ ਵੀ ਅਸੀਂ ਜਿਹੜੀ ਸ਼ਨਾਖਤ ਵੀ ਕਰ ਲਈ ਹੈ ਤੇ ਉਹਨਾਂ ਨੂੰ ਫੜਨ ਲਈ ਅਸੀਂ ਟੀਮਾਂ ਵੀ ਲਾਈਆਂ ਹੋਈਆਂ। ਮੈਨੂੰ ਲੱਗਦਾ ਹੈ ਬਹੁਤ ਹੀ ਛੇਤੀ ਅਸੀਂ ਜਿਹੜੇ ਬਾਕੀ ਬਚਦੇ ਦੋਸ਼ੀ ਹੈ ਉਹਨਾਂ ਨੂੰ ਵੀ ਅਰੈਸਟ ਕਰ ਲਾਂਗੇ। ਗ੍ਰਿਫਤਾਰ ਲੋਕਾਂ ਤੋਂ ਅਸੀਂ ਜਿਹੜਾ ਮੇਨ ਜਿਹੜਾ ਮੋਟਰਸਾਈਕਲ ਹੈ ਜਿਹਦੇ ਵਿੱਚ ਰੀਅਰ ਤੇ ਫਲੈਸ਼ਿੰਗ ਲਾਈਟ ਜਲਦੀ ਹੈਗੀ ਹੈ ਉਹ ਅਸੀਂ ਬਰਾਮਦ ਕੀਤਾ ਹੈ ਅਤੇ ਜਿਹੜਾ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਜਿਹਦੇ ਵਿੱਚ ਸਾਰੀ ਫੋਨ ਕਾਲਾਂ ਹੋਈਆਂ। ਸ਼ੂਟਰ ਜਿਹੜਾ ਹਜੇ ਤੱਕ ਸਾਨੂੰ ਲੱਗਦਾ ਬਾਹਰੋਂ ਆਇਆ ਹੈਗਾ ਤੇ ਜਿਹੜਾ ਸਪੋਰਟ ਦੇਣ ਵਾਲੇ ਉਹ ਲੋਕਲ ਹੀ ਸੀਗੇ। ਸਰ ਕੋਈ ਮਾਰਨ ਦਾ ਕਾਰਨ ਕੁਝ ਦੱਸਿਆ ਕਿ ਕਿਹੜੀ ਗੱਲਾਂ ਇਹਨਾਂ ਨੇ ਇਹ ਸਾਰਾ ਕੰਮ ਕੀਤਾ? ਨਹੀਂ ਬਿਲਕੁਲ, ਇਹਨਾਂ ਦੀ ਕੋਈ ਪੁਰਾਣੀ ਨਿੱਜੀ ਰੰਜਿਸ਼ ਚੱਲਦੀ ਸੀ। ਜਿਹੜਾ ਬਿੱਕਰ ਸਿੰਘ ਹੈ ਚੌਧਰੀ ਵਾਲਾ ਪਿੰਡ ਦਾ ਇੱਕ ਮੋਤਬਰ ਹੋਣ ਕਰਕੇ ਵੱਖ ਵੱਖ ਜਿਹੜੇ ਪਿੰਡ ਦੇ ਮਸਲੇ ਹੁੰਦੇ ਉਹਨਾਂ ਨੂੰ ਉਹਨਾਂ ਵਿੱਚ ਰਾਜੀਨਾਮੇ ਕਰਾਉਣ ਸੁਲਾਹ ਕਰਾਉਣ ਲਈ ਜਿਹੜਾ ਉਹ ਜਾਂਦਾ ਸੀ ਅੱਗੇ ਆਉਂਦਾ ਸੀ ਤਾਂ ਉਹਦੇ ਲੈ ਕੇ ਇਹਦੀ ਕੋਈ ਲੋਕਲ ਲੈਵਲ ਤੇ ਖੈਬਾਜ਼ੀ ਸੀ ਜਿਹਦੇ ਕਰਕੇ ਵਾਰਦਾਤ ਹੋਈ ਹੈ। ਵਿਦੇਸ਼ ਬੈਠੇ ਕਿ ਬੱਚਾ ਨਾਲ ਕੋਈ ਜ਼ਿਆਦਾ ਟੱਚ ਤੇ ਨਹੀਂ ਰਹਿਣਾ ਕਿਉਂਕਿ ਉਹਨਾਂ ਪੋਸਟਮਾਰਟਮ ਦੀ ਜ਼ਿੰਮੇਵਾਰੀ ਨਹੀਂ। ਬਿਲਕੁਲ, ਇਸ ਸਮੇਂ ਤੇ ਇਹਨਾਂ ਤੋਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੋ ਸਕਦਾ ਇਹਨਾਂ 'ਚ ਜਿਹੜੇ ਸ਼ੂਟਰ ਹੈਗੇ ਆ ਬਾਹਰ ਦੇ ਬੈਠੇ ਜਿਹੜੇ ਕ੍ਰਿਮੀਨਲ ਉਹਨਾਂ ਨਾਲ ਟੱਚ ਹੋਣ। ਉਹ ਵੀ ਸਾਰੇ ਮਾਮਲੇ ਦਰਜ ਕੋਈ